ਬਾਇਨਰੀ ਇੰਸਟਰਕਟਰ ਦੇ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ। ਅੱਜ 28 ਜੁਲਾਈ ਦੀ ਜਿਹੜੀ ਈਵਨਿੰਗ ਸ਼ਿਫਟ ਦਾ ਪੇਪਰ ਆ ਉਹ ਖਤਮ ਹੋ ਕੇ ਹਟਿਆ। ਆਪਾਂ ਗੱਲਬਾਤ ਕਰਦੇ ਹਾਂ, ਸਟੂਡੈਂਟ ਬਾਹਰ ਆਏ ਨੇ। ਬਾਈ ਜੀ, ਪੇਪਰ ਦੇ ਕੇ ਆਏ ਹੋ, ਕਿੱਦਾਂ ਦਾ ਰਿਹਾ ਤੁਹਾਡਾ ਇਗਜ਼ਾਮ? ਮੇਰੇ ਪੇਪਰ ਬਹੁਤ ਈਜ਼ੀ ਸੀ, ਪੰਜਾਬੀ ਬਹੁਤ ਈਜ਼ੀ ਆਈ ਹੈ। ਜਿਹੜੇ ਪੇਪਰ ਦੇਣ ਆ ਰਹੇ ਨੇ ਉਹਨਾਂ ਨੂੰ ਸਪੈਸ਼ਲੀ ਹੈ ਵੀ ਪੰਜਾਬੀ ਦੇ ਜਿਹੜੇ ਆਪਣਾ ਸੱਭਿਆਚਾਰ ਉਹ ਸਾਰਾ ਯਾਦ ਕਰਕੇ ਆਉਣ, ਅਤੇ ਬਾਕੀ ਕ੍ਰਿਕਟ ਬਾਰੇ ਵੀ ਹੋਰ ਗੇਮਸ ਬਾਰੇ ਵੀ ਬਹੁਤ ਕੁਛ ਆਇਆ ਗਾ ਵੀ ਸਟੇਡੀਅਮ ਕਿੰਨੇ ਉਹਦਾ ਹੁੰਦਾ ਗਾ, ਅਤੇ ਆਪਣੇ ਪੰਜਾਬ ਹਰਿਆਣੇ ਦੀ ਸਰਹੱਦ ਬਾਰੇ, ਪਾਕਿਸਤਾਨ ਦੀ ਸਰਹੱਦ ਬਾਰੇ ਵੀ ਦੱਸਿਆ ਵੀ ਕਿੰਨੇ ਸੈਂਟੀਮੀਟਰ ਮੀਟਰ ਦੀ ਹੈਗੀ, ਸਾਰਾ ਕੁਛ ਬਾਰੇ ਪੁੱਛਿਆ ਗਾ। ਬਾਕੀ ਮੈਚ ਦੇ ਸਵਾਲ ਬਹੁਤ ਜ਼ਿਆਦਾ ਆਏ ਨੇ ਇਸ 'ਚ। ਠੀਕ ਹੈ ਬਾਈ ਜੀ, ਆਪਾਂ ਗੱਲ ਕਰਦੇ ਹਾਂ ਹੈ ਨਾ GS ਵਾਲੇ ਪੋਰਸ਼ਨ ਦੀ, ਪੋਲਟੀ ਦਾ ਕੋਈ ਅਨੁਛੇਦ ਪੁੱਛਿਆ ਗਿਆ ਹੋਵੇ, ਕੋਈ ਆਰਟੀਕਲ ਪੁੱਛਿਆ ਗਿਆ ਹੋਵੇ? ਆਰਟੀਕਲ ਵੀਰੇ ਕੁਛ ਜ਼ਿਆਦਾ ਨਹੀਂ, ਬਾਕੀ ਜਿਹੜਾ ਆਪਣਾ ਬਸ ਗਵਰਨਮੈਂਟ ਬਾਰੇ ਆਏ ਤੀ, ਰਾਜ ਰੁਜਪਾਲ ਸੰਸਦ ਬਾਰੇ ਸਾਰਾ ਕੁਛ ਵੀ, ਲੋਕ ਸਭਾ, ਰਾਸ਼ਟਰਪਤੀ ਕਿਹੜੇ ਕਿਹੜੇ ਰੂਲ ਲਾਗੂ ਕਰਦੇ, ਇਹ ਕੁਛ ਕੁਸ਼ਚਨ ਆਏ ਸੀਗੇ ਵੀ ਉਹੀ ਸਾਰਾ ਕੁਛ ਲਾਅ ਉਹ ਕਰਦੇ ਨੇਗੇ। ਠੀਕ ਹੈ, ਪੰਜਾਬ GK ਦਾ ਕੋਈ ਸਵਾਲ ਯਾਦ ਹੋਵੇ ਵੀਰੇ, ਪੰਜਾਬ GK ਬਾਰੇ ਕੋਈ ਸਵਾਲ ਪੁੱਛਿਆ ਗਿਆ? ਹਾਂਜੀ, ਪੰਜਾਬ GK ਬਾਰੇ ਮਹਾਰਾਜਾ ਰਣਜੀਤ ਸਿੰਘ ਬਾਰੇ ਵੀ ਆਏ ਸੀਗੇ ਕੁਸ਼ਚਨ, ਅਤੇ ਹਰੀ ਸਿੰਘ ਨਲੂਏ ਬਾਰੇ ਵੀ ਆਏ ਸੀਗੇ, ਇਹ ਕੁਸ਼ਚਨ ਬਹੁਤ ਆਏ ਨੇ ਇਸ 'ਚ। ਠੀਕ ਹੈ, ਕੋਈ ਹੈ ਨਾ ਜਨਸੰਖਿਆ 2011 ਨਾਲ ਕੋਈ ਸੰਬੰਧ ਸਵਾਲ ਆਇਆ ਹੋਵੇ? ਹਾਂਜੀ ਹਾਂ, ਇੱਕ ਆਇਆ ਸੀਗਾ ਵੀ ਜੇ ਆਪਾਂ 5% ਵਧੀਆ ਵੀ ਉਹ ਕਿੰਨੀ ਹੋ ਗਈ ਸੀਗੀ, ਅਤੇ ਇੱਕ ਆਈ ਸੀ ਵੀ 25% ਵਧੀਆ ਹੈਗੀ ਵੀ ਉਹ 2 ਸਾਲਾਂ ਬਾਅਦ ਕਿੰਨੀ ਹੋਈ, ਇਹੋ ਜਿਹੇ ਕੁਸ਼ਚਨ ਆਏ ਸੀ। ਉਹ ਤਾਂ ਪਰਸੈਂਟੇਜ ਦੇ ਮੈਚ 'ਚ ਆਏ ਹੋਣਗੇ ਕਿ ਜਨਸੰਖਿਆ ਨਾਲ? ਜਨਸੰਖਿਆ 'ਚ ਆਈ ਸੀ GS ਵਾਲੇ 'ਚ। ਹਾਂਜੀ, GK ਦੀ ਕੋਈ ਸਕੀਮ ਪੁੱਛੀ ਗਈ ਹੋਵੇ? ਨਾ, ਇਸ ਸਕੀਮ ਬਾਰੇ ਇੰਨਾ ਹੁਣ ਮੈਚ ਦੇ ਜਿਹੜੇ ਤੁਸੀਂ ਸਵਾਲ ਕਰ ਰਹੇ ਹੋ, ਕ੍ਰਿਕਟ ਵਾਲਾ ਕੂੜਾ ਕਿਹੜਾ ਸਵਾਲ ਕਰ ਰਹੇ? ਹਾਂ ਜੀ, ਉਹ ਆਇਆ ਸੀ ਕ੍ਰਿਕਟ ਦੇ ਸੈਕਿੰਡ ਹਾਈਐਸਟ ਵਿਕਟ ਟੇਕਰ ਕੌਣ ਸੀਗਾ, ਅਤੇ ਉਹਨਾਂ 'ਚੋਂ ਵਰਲਡ ਕੱਪ ਦੇ ਵਿੱਚ ਜਾਂ ਕਾਹਦੇ ਵਿੱਚ? ਨਾ ਜੀ, ਨਾ ਵੀ ਟੋਟਲ ਵੀ ਟੋਟਲ ਆਲਮੋਸਟ ਇੰਡੀਆ ਦਾ ਵੀ, ਪਹਿਲਾਂ ਤਾਂ ਅਨਿਲ ਕੁੰਬਲੇ ਸੀ, ਉਹ ਤੋਂ ਬਾਅਦ ਕੌਣ ਸੀਗੇ, ਅਤੇ ਉਹ ਤੋਂ ਬਾਅਦ ਸਭ ਤੋਂ ਜ਼ਿਆਦਾ ਸੈਂਚਰੀਆਂ ਕਿਹਦੀਆਂ ਸੀਗੀਆਂ, ਅਤੇ ਕ੍ਰਿਕਟ 'ਚ ਕਿੰਨੇ ਪਲੇਅਰ ਹੁੰਦੇ ਨੇ, ਇੱਕ ਰਗਬੀ ਇਹੋ ਜਿਹਾ ਸਵਾਲ ਆਇਆ ਸੀਗਾ? ਹਾਂਜੀ ਯਾਰ, ਇੱਕ ਆਈ ਸੀ ਰਗਬੀ 'ਚ ਕਿੰਨੇ ਪਲੇਅਰ ਹੁੰਦੇ ਨੇਗੇ? ਠੀਕ ਹੈ ਬਾਈ ਜੀ, ਬਾਈ ਜੀ ਮੈਥ ਦੀ ਆਪਾਂ ਗੱਲ ਕਰੀਏ, ਸਿੰਪਲੀਫਿਕੇਸ਼ਨ ਦੇ ਕਿੰਨੇ ਸਵਾਲ ਆਏ? ਮੈਥ ਦੇ ਸਿੰਪਲੀ ਤਾਂ ਬਹੁਤ ਘੱਟ ਸੀ, ਬਾ ਔਖੇ ਬਹੁਤ ਜ਼ਿਆਦਾ ਆਏ ਸੀ, ਮੈਥ ਥੋੜ੍ਹੀ ਟਫ ਸੀਗੀ ਬਸ ਕੱਲੀ ਵਾਰ। ਠੀਕ ਹੈ, ਰੀਜਨਿੰਗ ਕਿੱਦਾਂ ਦੇ ਸੀਗੇ, ਟਾਈਮ ਕੰਜ਼ਿਊਮਿੰਗ ਸੀ ਕਿ ਹੋ ਰਹੇ ਸੀ? ਨਾ, ਰੀਜਨਿੰਗ ਤਾਂ ਸੌਖੀ ਸੀ ਵੀਰੇ, ਬਸ ਮੈਥ ਨੇ ਵਧੀਆ ਟਾਈਮ ਸਪੈਂਡ ਕਰਿਆਗਾ। ਠੀਕ ਹੈ, ਹਾਂਜੀ, ਸਿੰਪਲੀਫਿਕੇਸ਼ਨ ਦੇ ਕਿੰਨੇ ਸਵਾਲ ਆਏ? ਸਿੰਪਲੀਫਿਕੇਸ਼ਨ ਪ੍ਰੋਫਿਟ ਐਂਡ ਲਾਸ 15-20 ਹੋਣੇ ਵੀਰੇ ਸਿੰਪਲੀਫਿਕੇਸ਼ਨ ਦੇ। ਹਾਂਜੀ ਵੀਰੇ। ਠੀਕ ਹੈ ਬਾਈ ਜੀ, ਪਹਿਲਾਂ ਤਾਂ 4-5 ਕੀ ਆ ਰਹੇ ਨੇ ਪਿਛਲੀਆਂ ਸ਼ਿਫਟਾਂ ਦੇ ਵਿੱਚ? ਵੱਧ ਆਈ ਸੀ ਵੀਰੇ, ਅਤੇ ਟਫ ਵੀ ਸੀ, ਜੇ ਟਾਈਮ ਉਹੀ ਜ਼ਿਆਦਾ ਕੰਜ਼ਿਊਮ ਕਰਕੇ ਗਏ ਨੇਗੇ। ਠੀਕ ਹੈ ਜੀ, ਉਦੋਂ ਬਾਅਦ ਆਪਾਂ ਗੱਲ ਕਰੀਏ ਵੀਰੇ ਹੈ ਨਾ, ਇੰਗਲਿਸ਼ ਕਿੱਦਾਂ ਦੀ ਸੀਗੀ? ਇੰਗਲਿਸ਼ ਤਾਂ ਈਜ਼ੀ ਸੀ ਵੀਰੇ, ਉਹ 'ਚ ਨਹੀਂ ਕੋਈ ਜ਼ਿਆਦਾ ਆਪਣਾ ਡਾਈਜੇਸ਼ਨ ਸਿਸਟਮ ਬਾਰੇ ਸੀ ਥੋੜ੍ਹਾ ਬਹੁਤ, ਉਸ ਜਿਹਦਾ ਸਿੰਪਲੀ ਕੁਸ਼ਚਨ ਸੀਗੇ ਬਸ। ਠੀਕ ਹੈ, ਪੰਜਾਬ GK ਦੀ ਤਾਂ ਆਪਾਂ ਗੱਲ ਕਰ ਲਈ, ਉਦੋਂ ਬਾਅਦ ਪੰਜਾਬੀ ਦੀ ਗੱਲ ਕਰੀਏ। ਹਾਂਜੀ, ਪੰਜਾਬੀ ਵਿੱਚ ਆਪਣੇ ਮਹੀਨਿਆਂ ਬਾਰੇ, ਹਾੜ ਸਾਉਣ ਵੀ, ਸ਼ੁੱਕਰਵਾਰ ਤੋਂ ਬਾਅਦ ਕਿਹੜਾ ਦਿਨ ਹੁੰਦਾ ਗਾ, ਵੀਰਵਾਰ ਤੋਂ ਪਹਿਲਾਂ ਦਿਨ ਕਿਹੜਾ ਹੁੰਦਾ ਗਾ, ਇਹ ਪੰਜਾਬੀ ਪੇਪਰ B ਦੀ ਗੱਲ ਕਰਦੇ ਹਾਂ ਆਪਾਂ। ਕੰਪਿਊਟਰ ਦਾ ਕੋਈ ਸਵਾਲ ਯਾਦ ਹੋਵੇ? ਕੰਪਿਊਟਰ ਦਾ ਨਹੀਂ ਵੀਰੇ ਕੋਈ ਯਾਦ ਹੈਗਾ। ਠੀਕ, ਉਹ ਜਿਹਦਾ ਬਸ ਦੁੱਕੇ ਜਿਹਾ ਲਾ ਕੇ ਆਏ ਸੀ। ਠੀਕ ਹੈ, ਸ਼ੁਕਰੀਆ ਬਾਈ ਤੁਹਾਡਾ ਬਹੁਤ ਬਹੁਤ ਜੀ। ਹਾਂਜੀ ਵੀਰੇ, ਇਗਜ਼ਾਮ ਦੇ ਕੇ ਆਇਓ, ਕਿੱਦਾਂ ਦਾ ਰਿਹਾ ਤੁਹਾਡਾ ਇਗਜ਼ਾਮ? ਐਗਜ਼ਾਮ ਦਾ ਲੈਵਲ ਅੱਜ ਸਹੀ ਸੀਗਾ ਜੀ, ਬਾਹਲਾ ਕੋਈ ਡਿਫੀਕਲਟ ਨਹੀਂ ਸੀਗਾ, ਮੋਡਰੇਟ ਜਿਹਾ ਲੈਵਲ ਸੀਗਾ, ਨਹੀਂ ਪਿਛਲੀ ਵਾਰ ਦਿੱਤਾ ਸੀ ਉਹ ਔਖਾ ਸੀਗਾ। ਠੀਕ ਹੈ, ਅੱਜ ਵਾਲਾ ਸਹੀ ਸੀਗਾ। ਠੀਕ ਹੈ, ਪੋਲਿਟੀ ਦੇ ਹੈ ਨਾ ਕਿੰਨੇ ਕੁ ਸਵਾਲ ਆਏ? ਪੋਲਿਟੀ ਦੇ 7 ਸਵਾਲ ਸੀਗੇ ਜੀ। ਪੋਲਿਟੀ ਦੇ ਕੋਈ ਸਵਾਲ ਯਾਦ ਹੋਵੇ, ਕੋਈ ਹੈ ਨਾ ਅਨੁਛੇਦ ਪੁੱਛਿਆ ਗਿਆ ਹੋਵੇ? ਇੱਕ ਲੈਜਿਸਲੇਟਿਵ ਕੌਂਸਲ ਵਾਲਾ ਸੀਗਾ, ਅਤੇ ਇੱਕ ਆਪਣਾ ਮਤਲਬ ਉਸ ਉਵੇਂ ਸੀਗੇ ਵੀ 1 only 1 only 2 ਐਵੇਂ ਸੀ। ਅੱਛਾ ਅੱਛਾ, ਇੱਦਾਂ ਪਾ ਰੱਖੇ ਸੀ? ਹਾਂਜੀ ਹਾਂਜੀ, 2 ਸਵਾਲ ਤਾਂ ਇੱਦਾਂ ਹੀ ਸੀਗੇ, ਅਤੇ ਪੰਜਾਬ GK 'ਚੋਂ 3 ਸਵਾਲ ਹੀ ਸੀਗੇ, ਬਾਹਲੇ ਨਹੀਂ ਸੀ, ਅਤੇ ਕਰੰਟ ਅਫੇਅਰ ਸੀਗੇ 2023 ਦੇ। ਕੋਈ ਸਵਾਲ ਯਾਦ ਹੋਵੇ ਪੰਜਾਬ GK ਦਾ? ਪੰਜਾਬ ਹੁਣ ਤਾਂ ਯਾਦ ਨਹੀਂ ਹੈਗਾ, ਅਤੇ ਮੈਥ ਦੇ ਉਹ ਸੀਗੇ ਕਰੰਟ ਅਫੇਅਰ ਜਿੱਦਾਂ ਤੁਸੀਂ ਕਿਹਾ 2022-23 ਦਾ ਸੀਗਾ, ਤਾਂ ਕੋਈ ਕਰੰਟ ਅਫੇਅਰ ਦੇ ਵਿੱਚ ਸੈਂਟਰ ਸਟੇਟ ਸਕੀਮ ਪੁੱਛੀ ਗਈ ਹੋਵੇ ਕੋਈ? ਨਾ, ਸਕੀਮ ਕੋਈ ਨਹੀਂ ਸੀਗੀ। ਸਪੋਰਟਸ ਨਾਲ ਸੰਬੰਧਿਤ ਸਵਾਲ ਆਇਆ ਹੋਵੇ ਕੋਈ? ਸਪੋਰਟਸ ਨਾਲ ਵੀ ਨਹੀਂ ਸੀਗਾ, ਉਹ ਸੀਗਾ ਵੀ ਆਹ
ਮਤਲਬ ਕਿ ਇੱਕ ਮਿਨਿਸਟਰੀ ਵਾਲਾ ਸੀਗਾ ਕੁਸ਼ਚਨ ਵੀ ਆਹ ਕੋਈ ਚੀਜ਼ ਆ, ਜਾਂ ਇੱਕ 2022 ਵਾਲਾ ਸੀਗਾ ਕਹਿੰਦੇ ਵੀ 5000 ਕਰੋੜ ਦੀ ਲਾਗਤ ਨਾਲ ਕਿਹੜੇ ਵੀ ਕਿਹੜੇ ਫੀਲਡ 'ਚ 5000 ਕਰੋੜ ਸ਼ਹਿਰਾਂ ਵਾਸਤੇ ਦਿੱਤਾ, ਵੀ ਫਾਇਰ ਸੀਗੀ ਆਪਸ਼ਨ ਉਹ 'ਚ, ਉਹ ਸੀਗਾ ਵੀ ਹਾਊਸਿੰਗ ਵਾਸਤੇ, ਇੱਕ ਸੀਗਾ ਸੈਨੀਟੇਸ਼ਨ ਵਾਸਤੇ, ਆਹ 4 ਆਪਸ਼ਨਾਂ ਸੀਗੀਆਂ ਐਵੇਂ, ਮਤਲਬ ਉਹ ਸਕੀਮਾਂ ਆਈਆਂ 'ਤੇ ਸੀਗੇ ਕੁਸ਼ਚਨ। ਕੋਈ ਅਵਾਰਡ ਪੁੱਛਿਆ ਗਿਆ ਹੋਵੇ? ਅਵਾਰਡ ਕੋਈ ਵੀ ਨਹੀਂ ਪੁੱਛਿਆ ਗਿਆ ਸੀਗਾ। ਠੀਕ ਹੈ, ਪੰਜਾਬ GK ਦੇ ਵਿੱਚ ਕੋਈ ਜਨਸੰਖਿਆ ਨਾਲ ਸੰਬੰਧਿਤ ਸਵਾਲ ਆਇਆ ਹੋਵੇ? ਜਨਸੰਖਿਆ ਨਾਲ ਸੰਬੰਧਿਤ ਨਹੀਂ ਸੀਗਾ ਪੰਜਾਬ GK 'ਚ ਸੀਗਾ, ਇੱਕ ਮਤਲਬ ਸਿੰਪਲ ਸਵਾਲ ਸੀਗੇ, 3-4 ਸੀਗੇ, ਉਹ ਆਉਂਦੇ ਸੀਗੇ ਹਰੇਕ ਨੂੰ ਆਉਂਦੇ। ਜਿਵੇਂ ਕਿ ਕੋਈ ਸਵਾਲ ਯਾਦ ਹੋਵੇ, ਕੋਈ ਹੈ ਨਾ ਖੇਤੀਬਾੜੀ ਨਾਲ ਸੰਬੰਧਿਤ ਸਵਾਲ ਆਇਆ ਹੋਵੇ, ਕੋਈ ਹੈ ਨਾ ਪੰਜਾਬ ਦੇ ਸੱਭਿਆਚਾਰ ਨਾਲ ਸੰਬੰਧਿਤ। ਹਾਂ, ਐਂ ਸੀਗਾ ਵੀ ਰਣਜੀਤ ਸਿੰਘ ਦਾ ਵੀ ਮਤਲਬ ਦੂਜਾ ਸਿੱਖ ਅੰਪਾਇਰ ਕੌਣ ਸੀਗਾ ਰਣਜੀਤ ਸਿੰਘ ਤੋਂ ਬਾਅਦ? ਠੀਕ ਹੈ, ਕਾ ਸਵਾਲ ਸੀ ਕੋਈ ਹੈ ਨਾ ਐਂਗਲੋ ਸਿੱਖ ਵਾਰ 'ਤੇ ਸਵਾਲ ਆਇਆ ਹੋਵੇ? ਐਂਗਲੋ ਸਿੱਖ ਵਾਰ 'ਤੇ ਨਹੀਂ। ਸਿੱਖ ਹਿਸਟਰੀ 'ਚੋਂ ਕੋਈ ਗੁਰੂਆਂ ਬਾਰੇ ਸੰਬੰਧਿਤ, ਗੁਰੂਆਂ ਨਾਲ ਕਿਸੇ ਕਿਲੇ ਨਾਲ ਸੰਬੰਧਿਤ ਸਵਾਲ? ਇੱਕ ਕਿਲਾ ਸੀਗਾ ਸ਼ੇਰ ਸ਼ਾਹ ਸੂਰੀ ਨੇ ਵੀ ਆਪਣੇ ਪੰਜਾਬ 'ਚ ਕੋਈ ਕਿਲਾ ਬਣਾਇਆ, ਉਹਦਾ ਕੀ ਨਾਮ ਆ? ਬਹਾਦਰਗੜ੍ਹ ਕਿਲਾ, ਪੁਰਾਣਾ ਕਿਲਾ, ਐਵੇਂ ਬਾਅਦ 'ਚ ਉਹਨੂੰ ਰੈਨੋਵੇਟ ਵੀ ਕੀਤਾ ਗਿਆ, ਉਹ ਸਵਾਲ ਸੀਗਾ। ਠੀਕ ਹੈ ਭਾਈ ਜੀ, ਕੋਈ ਮਿਊਜ਼ੀਅਮ ਪੁੱਛਿਆ ਗਿਆ ਹੋਵੇ ਜਾਂ ਕੋਈ ਮੰਦਰ ਬਾਰੇ ਪੁੱਛਿਆ ਗਿਆ ਹੋਵੇ? ਨਾ, ਮਿਊਜ਼ੀਅਮ ਨਹੀਂ ਪੁੱਛਿਆ, ਕੋਈ ਮੰਦਰ ਨਹੀਂ ਪੁੱਛਿਆ। ਠੀਕ ਹੈ, ਮੈਥ ਦਾ ਲੈਵਲ ਕਿੱਦਾਂ ਦਾ ਸੀ? ਸਿੰਪਲੀਫਿਕੇਸ਼ਨ ਦੇ ਕਿੰਨੇ ਕੁ ਸਵਾਲ ਸੀ? ਸਿੰਪਲੀਫਿਕੇਸ਼ਨ ਦੇ 3 ਸਵਾਲ ਸੀਗੇ, ਉਹ ਵੀ ਔਖੇ ਲੈਵਲ ਦੇ ਸੀਗੇ, ਮਤਲਬ ਐਂ ਹੁੰਦੇ ਨਹੀਂ ਸੀ ਦੇਖ ਕੇ। ਠੀਕ ਹੈ, ਪ੍ਰੋਫਿਟ ਐਂਡ ਲੋਸ? ਪ੍ਰੋਫਿਟ ਐਂਡ ਲੋਸ ਦੇ 2 ਕੁ ਸਵਾਲ ਹੀ ਸੀ। ਠੀਕ ਹੈ, ਟਾਈਮ ਐਂਡ ਵਰਕ? ਟਾਈਮ ਐਂਡ ਵਰਕ ਦੇ ਵੀ 2 ਕੀ ਸੀਗੇ। ਠੀਕ ਹੈ, ਸਿੰਪਲ ਇੰਟਰਸਟ? ਸਿੰਪਲ ਇੰਟਰਸਟ ਦਾ 1 ਸਵਾਲ ਦੇਖਿਆ। ਠੀਕ ਹੈ, DI ਦੇ ਵਿੱਚ ਬਾਰ ਗ੍ਰਾਫ ਅਤੇ ਲਾਈਨ ਗ੍ਰਾਫ ਵਾਲੀ 1 ਸੀਗਾ, 1 ਉਹਦਾ ਲੈਵਲ ਕੀ ਸੀ? ਉਹ ਜਮਾਂ ਸਹੀ ਲੈਵਲ ਸੀ। ਡਾਇਰੈਕਸ਼ਨ ਦਾ ਕੋਈ ਸਵਾਲ ਆਇਆ ਸੀਗਾ? ਡਾਇਰੈਕਸ਼ਨ ਦਾ ਰੀਜ਼ਨਿੰਗ 'ਚੋਂ ਡਾਇਰੈਕਸ਼ਨ ਦਾ 1 ਸਵਾਲ ਸੀਗਾ। ਹਾਂ, ਅਤੇ ਆਹ ਪਜ਼ਲ ਹੈਗੀਆਂ ਸੀ 4 ਕੁ, 2-3 ਸਾਈਲੋਗਿਜ਼ਮ ਵਾਲੇ ਸੀਗੇ। ਠੀਕ ਹੈ, ਸੀਟਿੰਗ ਅਰੇਂਜਮੈਂਟ ਅਤੇ ਰੈਂਕਿੰਗ? ਹਾਂ, ਸੀਟਿੰਗ ਅਰੇਂਜਮੈਂਟ ਵਾਲੇ ਹੀ 4-5 ਸਵਾਲ ਹੈਗੇ ਸੀ, ਮਤਲਬ ਗੋਲੇ ਵਾਲੇ ਸੀਗੇ 3, ਤਾਂ ਬਾਕੀ ਲਾਈਨ 'ਚ ਬਿਠਾਉਣ ਵਾਲੇ ਸੀਗੇ 2-3। ਬਲੱਡ ਰਿਲੇਸ਼ਨ ਦਾ ਕੋਈ ਸਵਾਲ ਆਇਆ? ਬਲੱਡ ਰਿਲੇਸ਼ਨ ਦਾ 1 ਸੀਗਾ, A+B, ਆ 1 ਹੀ ਸੀਗਾ। ਠੀਕ ਹੈ, ਇੰਗਲਿਸ਼ ਦਾ ਲੈਵਲ ਕਿੱਦਾਂ ਦਾ ਸੀਗਾ? ਇੰਗਲਿਸ਼ ਦਾ ਲੈਵਲ ਠੀਕ ਸੀਗਾ ਜੀ, ਕੋਈ ਬਾਹਲਾ ਉਹ ਨਹੀਂ ਸੀਗਾ, ਮਤਲਬ ਸਿਨੋਨੀਮੈਂਟ ਉਹ ਨਹੀਂ ਸੀ, ਉਹ ਮਤਲਬ ਦੇ ਆਪਸ਼ਨਾਂ ਦੇਖ ਕੇ ਉਹ ਤਾਂ ਨਹੀਂ ਪਤਾ ਸੀ, ਆਪਸ਼ਨਾਂ ਦੇਖ ਕੇ ਪਤਾ ਲਾ ਜਾਂਦਾ ਸੀ ਵੀ ਆਹ ਆਊਗਾ। ਠੀਕ ਹੈ, ਕੰਪਿਊਟਰ ਦਾ ਕੋਈ ਸਵਾਲ ਯਾਦ ਹੋਵੇ? ਕੰਪਿਊਟਰ ਦੇ ਅਲਾਈਨਮੈਂਟ ਵਾਲੇ ਸੀਗੇ ਯਾਰ, ਮੈਨੂੰ ਤਾਂ 2-3 ਸਵਾਲ। ਠੀਕ ਹੈ, ਅਲਾਈਨਮੈਂਟ ਵਾਲੇ। ਸ਼ਾਰਟਕੱਟ ਕੀ ਪੁੱਛੀ ਗਈ ਹੋਵੇ? ਸ਼ਾਰਟਕੱਟ ਕੀ 1 ਵੀ ਨਹੀਂ ਸੀਗੀ। ਈਮੇਲ ਨਾਲ ਸੰਬੰਧਿਤ ਕੋਈ ਸਵਾਲ ਆਇਆ ਹੋਵੇ? ਈਮੇਲ ਨਾਲ ਤਾਂ ਯਾਰ ਐਂ ਆਇਆ ਸੀ ਵੀਰੇ ਵੀ ਈਮੇਲ ਨੂੰ ਇੰਗਲਿਸ਼ 'ਚ ਲਿਖ ਰੱਖਿਆ ਵੀ ਉਹਨੂੰ ਪੰਜਾਬੀ ਅਨੁਵਾਦ ਕੀ ਹੋਊਗਾ, ਉਹਦਾ ਆਇਆ ਸੀਗਾ, ਮਤਲਬ ਉਹ ਉਸ 'ਚ ਸੀਗਾ ਪੰਜਾਬੀ 'ਚ। ਠੀਕ ਹੈ, ਸ਼ੁਕਰੀਆ ਬਾਈ ਤੁਹਾਡਾ ਬਹੁਤ ਬਹੁਤ। ਹਾਂਜੀ ਰਾਜੇ, ਪੇਪਰ ਦੇ ਕੇ ਆਏ ਹੋ, ਕਿੱਦਾਂ ਦਾ ਰਿਹਾ ਤੁਹਾਡਾ ਐਗਜ਼ਾਮ? ਬਹੁਤ ਵਧੀਆ ਰਿਹਾ, ਈਜ਼ੀ ਸੀਗਾ। ਠੀਕ ਹੈ ਜੀ, ਆਪਾਂ GS ਦੀ ਗੱਲ ਕਰਦੇ ਹਾਂ, ਪੋਲਿਟੀ ਦੇ ਕਿੰਨੇ ਕੁ ਸਵਾਲ ਆਏ? ਥੋੜ੍ਹੀ ਸੀਗੇ, ਕੁਝ ਜ਼ਿਆਦਾ ਨਹੀਂ ਸੀ। ਕੋਈ ਆਰਟੀਕਲ ਯਾਦ ਹੋਵੇ ਜਿਹੜਾ ਪੁੱਛਿਆ ਗਿਆ ਹੋਵੇ, ਹੈ ਨਾ, ਗਵਰਨਰ ਨਾਲ ਸੰਬੰਧਿਤ, ਰਾਸ਼ਟਰਪਤੀ ਨਾਲ ਸੰਬੰਧਿਤ ਕੋਈ ਸਵਾਲ ਹੋਵੇ? ਰਾਸ਼ਟਰਪਤੀ ਨਾਲ ਤਾਂ ਕੋਈ ਸੰਬੰਧ ਨਹੀਂ ਸੀ। ਕੋਈ ਅਮੈਂਡਮੈਂਟ ਪੁੱਛੀ ਗਈ ਹੋਵੇ? ਕੋਈ ਲੋਕ ਸਭਾ ਰਾਜ ਸਭਾ ਨਾਲ ਸੰਬੰਧਿਤ ਸਵਾਲ ਹੋਵੇ? ਰਾਜ ਸਭਾ ਨਾਲ ਹੈਗੇ ਸੀਗੇ ਕੁਝ ਕੁ ਸਵਾਲ। ਕੋਈ ਸਵਾਲ ਯਾਦ ਹੋਵੇ ਤੁਹਾਨੂੰ? ਨਹੀਂ। ਠੀਕ ਹੈ, ਪੰਜਾਬ GK ਦੇ ਕਿੰਨੇ ਕੁ ਸਵਾਲ ਸੀ? ਕੋਈ ਸਵਾਲ ਯਾਦ ਹੋਵੇ ਪੰਜਾਬ GK ਦਾ? ਪੰਜਾਬ GK ਦੇ ਹੈਗੇ ਸੀਗੇ ਵੀ ਦੂਜਾ ਸ਼ਾਸਕ ਕੌਣ ਸੀਗਾ ਪੰਜਾਬ ਦਾ? ਠੀਕ ਹੈ ਜੀ, ਐਵੇਂ ਦੇ ਹੈਗੇ ਸੀ। ਠੀਕ ਹੈ, ਕੋਈ ਪੰਜਾਬ ਦੀ ਹੈ ਨਾ ਜਨਸੰਖਿਆ ਨਾਲ ਸੰਬੰਧਿਤ ਸਵਾਲ ਆਇਆ ਹੋਵੇ? ਕੋਈ ਜਨਸੰਖਿਆ ਨਾਲ ਉਹਦੀ ਪੇਂਡੂ ਆਈ ਸੀ ਪੇਂਡੂ? ਠੀਕ ਹੈ, ਕੋਈ ਇਕੋਨਮੀ ਦਾ ਸਵਾਲ ਆਇਆ ਹੋਇਆ ਪੰਜਾਬ ਦੀ ਦਾ? ਨਹੀਂ ਯਾਦ। ਠੀਕ ਹੈ, ਕਰੰਟ ਅਫੇਅਰ ਕਿਹੜਾ ਸੀਗਾ 2022-23-24 ਜੋ ਕਿਹੜੇ ਈਅਰ ਦਾ ਜ਼ਿਆਦਾ ਆਇਆ? 2023 ਦਾ। 23 ਦਾ ਕੋਈ ਸਕੀਮ ਪੁੱਛੀ ਗਈ ਹੋਵੇ ਕਰੰਟ ਅਫੇਅਰ ਦੇ ਵਿੱਚ? ਨਾ। ਕਰੰਟ ਅਫੇਅਰ ਦੇ ਸਵਾਲ ਕਿਹੋ ਜਿਹੇ ਸੀ? ਸਪੋਰਟਸ ਨਾਲ ਸੰਬੰਧਿਤ ਕੋਈ ਸਵਾਲ ਆਇਆ ਹੋਵੇ?
ਇੱਕ ਆਇਆ ਸੀਗਾ ਵੀ ਮੈਡਲ ਕਿੰਨ ਮੈਡਲ ਕਿੰਨੇ ਕਿਸੇ ਨੇ ਜਿੱਤਿਆ ਜਾਂ ਠੀਕ ਹੈ ਕੋਈ ਹੈ ਨਾ ਅਵਾਰਡ ਪੁੱਛਿਆ ਗਿਆ ਅਰਜਨਾ ਅਵਾਰਡ ਦਰੋਣਾਚਾਰੀ ਅਵਾਰਡ ਧਿਆਨ ਚੰਦ ਅਵਾਰਡ ਨਹੀਂ ਕੋਈ ਵੀ ਨਹੀਂ ਸੀ ਠੀਕ ਹੈ ਜੀ ਮੈਥ ਦਾ ਲੈਵਲ ਕਿੱਦਾਂ ਦਾ ਸੀਗਾ ਮੈਥ ਦਾ ਲੈਵਲ ਠੀਕ ਸੀਗਾ ਕੁਛ ਜ਼ਿਆਦਾ ਔਖਾ ਵੀ ਸਿੰਪਲੀਫਿਕੇਸ਼ਨ ਦੇ ਕਿੰਨੇ ਕੁ ਸਵਾਲ ਸੀ ਅਤੇ ਲੈਵਲ ਕੀ ਸੀ ਉਹਨਾਂ ਦਾ ਦੋ ਤਿੰਨ ਕੁ ਸੀਗੇ ਸਿੰਪਲੀਫਿਕੇਸ਼ਨ ਠੀਕ ਸੀਗੇ ਔਖੇ ਸੀਗੇ ਠੀਕ ਸੀ ਠੀਕ ਹੈ ਪ੍ਰੋਫਿਟ ਐਂਡ ਲੋਸ ਨਹੀਂ ਐਵਰੇਜ ਹੈਗੇ ਸੀ ਰੇਸ਼ੋ ਅਤੇ ਪ੍ਰਪੋਰਸ਼ਨ ਹਾਂਜੀ ਹੈਗੇ ਸੀ ਠੀਕ ਹੈ ਉਦੋਂ ਬਾਅਦ ਸਿੰਪਲ ਇੰਟਰਸਟ ਦਾ ਕੋਈ ਸਵਾਲ ਆਇਆ ਹੋਵੇ ਨਹੀਂ ਠੀਕ ਹੈ ਰੀਜ਼ਨਿੰਗ ਕਿੱਦਾਂ ਦੀ ਸੀ ਟਾਈਮ ਕੰਜ਼ਿਊਮਿੰਗ ਸੀ ਕਿ ਹੋ ਰਹੇ ਸੀ ਸੋਲਵ ਸਵਾਲ ਹੋ ਰਹੇ ਸੀ ਸੋਲਵ ਬਟ ਐਂ ਸੀਗਾ ਵੀ ਦੁਬਾਰੇ ਨਹੀਂ ਦੇਖ ਸਕਦੇ ਸੀਗੇ ਟਾਈਮ ਜ਼ਿਆਦਾ ਲੱਗ ਰਿਹਾ ਸੀਗਾ ਠੀਕ ਹੈ ਰੀਜ਼ਨਿੰਗ ਦੇ ਵਿੱਚ ਕੋਡਿੰਗ ਡਿਕੋਡਿੰਗ ਦੇ ਕਿੰਨੇ ਸਵਾਲ ਸੀਗੇ ਲੈਟਰ ਸੀਰੀਜ਼ ਅਤੇ ਹੈ ਨਾ ਨਿਊਮੈਰੀਕਲ ਨੰਬਰ ਹੈਗੇ ਸੀਗੇ ਠੀਕ ਹੈ ਸਿਟਿੰਗ ਅਰੇਂਜਮੈਂਟ ਅਤੇ ਰੈਂਕਿੰਗ ਆਰਡਰ ਦਾ ਕੋਈ ਸਵਾਲ ਆਇਆ ਹੋਵੇ ਹਾਂਜੀ ਇੱਕ ਸੀਗਾ ਠੀਕ ਹੈ ਸਲੋਗ ਦਾ ਕੋਈ ਸਵਾਲ ਨਹੀਂ ਠੀਕ ਹੈ ਇੰਗਲਿਸ਼ ਕਿੱਦਾਂ ਦੀ ਸੀ ਠੀਕ ਸੀਗੀ ਕੋਈ ਖਾਸ ਔਖ ਨਹੀਂ ਸੀ ਠੀਕ ਹੈ ਜੀ ਉਦੋਂ ਬਾਅਦ ਪੰਜਾਬੀ ਪੰਜਾਬੀ ਤਾਂ ਬਿਲਕੁਲ ਹੀ ਈਜ਼ੀ ਸੀ ਠੀਕ ਹੈ ਕੰਪਿਊਟਰ ਦਾ ਕੋਈ ਸਵਾਲ ਯਾਦ ਹੋਵੇ ਕੋਈ ਸ਼ਾਰਟਕੱਟ ਕੀ ਪੁੱਛੀ ਗਈ ਹੋਵੇ ਓਪਰੇਟਿੰਗ ਸਿਸਟਮ ਨਾਲ ਕੋਈ ਸਵਾਲ ਹੋਵੇ ਕੋਈ ਸ਼ਾਰਟਕੱਟ ਕੀ ਨਹੀਂ ਪੁੱਛੀ ਠੀਕ ਹੈ ਮੈਮਰੀ ਹਾਇਰਾਰਕੀ ਤਿਆਰ ਹੋਵੇ ਜਾਂ ਕੰਪਿਊਟਰ ਦੀ ਜਨਰੇਸ਼ਨ ਪੁੱਛੀ ਗਈ ਹੋਵੇ ਈਮੇਲ ਨਾਲ ਸੰਬੰਧਿਤ ਕੋਈ ਸਵਾਲ ਹੋਵੇ ਓਪਰੇਟਿੰਗ ਸਿਸਟਮ ਜਾਂ ਕੋਈ ਇੰਟਰਨੈਟ ਨਾਲ ਸੰਬੰਧਿਤ ਸਵਾਲ ਹੋਵੇ ਨਹੀਂ ਹੈ ਨਹੀਂ ਦੇਖੀ ਠੀਕ ਹੈ ਠੀਕ ਹੈ ਸ਼ੁਕਰੀਆ ਮੈਮ ਤੁਹਾਡਾ ਬਹੁਤ ਬਹੁਤ ਜੀ ਸ਼ੁਕਰੀਆ ਸਰ ਤੁਹਾਡਾ ਹਾਂਜੀ ਵੀਰੇ ਪੇਪਰ ਦੇ ਕੇ ਆਏ ਹੋ ਕਿੱਦਾਂ ਦਾ ਰਿਹਾ ਤੁਹਾਡਾ ਐਗਜ਼ਾਮ ਐਗਜ਼ਾਮ ਵਧੀਆ ਸੀਗਾ ਵੀਰ ਜੀ ਠੀਕ ਹੈ ਹਾਂਜੀ ਵਧੀਆ ਤਾਂ ਜੀ ਸੌਖਾ ਸੀਗਾ ਠੀਕ ਹੈ ਆਪਾਂ ਗੱਲ ਕਰੀਏ ਜੀ ਐਸ ਦੀ ਪੋਲੀਟੀ ਦੇ ਕਿੰਨੇ ਕੁ ਸਵਾਲ ਆਏ ਸਰ ਪੋਲੀਟੀਜ਼ ਦੇ ਆਏ ਸੀਗੇ ਮੈਂ ਕਹਿੰਦਾ 8-9 ਆਏ ਸੀਗੇ ਬਾਕੀ ਸੀਗੇ ਰੀਜ਼ਨਿੰਗ ਮੈਥ ਵਗੈਰਾ ਆਏ ਸੀਗਾ ਜ਼ਿਆਦਾ ਠੀਕ ਹੈ ਪੋਲੀਟੀ ਦਾ ਕੋਈ ਸਵਾਲ ਯਾਦ ਹੋਵੇ ਕੋਈ ਅਨੁਛੇਦ ਪੁੱਛਿਆ ਗਿਆ ਹੋਵੇ ਫੰਡਾਮੈਂਟਲ ਡਿਊਟੀ ਫੰਡਾਮੈਂਟਲ ਡਿਊਟੀ ਦਾ ਸਵਾਲ ਆਇਆ ਸੀਗਾ ਇੱਕ ਆਇਰਲੈਂਡ ਤੋਂ ਕਿਆ ਲਿਆ ਤਾ ਜੀ ਆਇਰਲੈਂਡ ਤੋਂ ਆਪਾਂ ਨੇ ਠੀਕ ਹੈ ਜੀ ਹਾਂਜੀ ਕੋਈ ਹੋਰ ਸਵਾਲ ਹੋਵੇ ਜੀ ਸਰ ਇੱਕ ਸੀਗਾ ਸੰਸਦ ਬਾਰੇ ਸੀਗਾ ਸਰ ਕੋਈ ਸਵਾਲ ਮੇਰੇ ਯਾਦ ਨਹੀਂ ਰਿਹਾ ਠੀਕ ਹੈ ਰਾਸ਼ਟਰਪਤੀ ਨਾਲ ਸੰਬੰਧਿਤ ਕੋਈ ਸਵਾਲ ਹੋਵੇ ਗਵਰਨਰ ਨਾਲ ਸੰਬੰਧਿਤ ਕੋਈ ਸਵਾਲ ਹੋਵੇ ਆਰਟੀਕਲ ਬਾਰੇ ਆਰਟੀਕਲ ਬਾਰੇ ਆਇਆ ਸੀਗਾ ਆਰਟੀਕਲ ਬਾਰੇ ਆਇਆ ਸੀਗਾ ਠੀਕ ਹੈ ਫੰਡਾਮੈਂਟਲ ਰਾਈਟ ਜੋ ਕੋਈ ਸਵਾਲ ਆਇਆ ਹੈਲਥ ਨਾਲੇ ਮਤਲਬ ਹੈਲਥ ਵਾਸਤੇ ਕਿਹੜਾ ਮਤਲਬ ਫੰਡਾਮੈਂਟਲ ਰਾਈਟ ਯੂਜ਼ ਹੁੰਦਾ ਜੀ ਚਾਰ ਆਪਸ਼ਨਾਂ ਦੀਆਂ ਇੱਕ ਤਾਂ 32 ਦੀ ਇੱਕ 23 ਤਾਂ ਜੀ ਇੱਕ ਹੋਰ ਆਪਸ਼ਨ ਦੀ ਇੱਕ 14 ਆਪਸ਼ਨ ਠੀਕ ਹੈ ਬਾਈ ਜੀ ਉਦੋਂ ਬਾਅਦ ਪੰਜਾਬ ਜੀ ਕੇ ਦੇ ਕਿੰਨੇ ਕੁ ਸਵਾਲ ਆਏ ਸੀਗੇ ਸਰ ਪੰਜਾਬ ਜੀ ਕੇ ਦੇ 4-5 ਸਵਾਲ ਆਏ ਆ ਮੈਨੂੰ ਮਤਲਬ ਮਹਾਰਣਜੀਤ ਸਿੰਘ ਦੇ ਰਿਲੇਟਡ 2-3 ਸਵਾਲ ਆਏ ਆ ਕੋਈ ਸਵਾਲ ਯਾਦ ਹੋਵੇ ਉਹ ਸੀਗਾ ਕਿ ਮਹਾਰਣਜੀਤ ਸਿੰਘ ਤੋਂ ਬਾਅਦ ਉਹਨਾਂ ਦੀ ਗੱਦੀ ਤੋਂ ਕੌਣ ਬੈਠਿਆ ਸੀਗਾ ਠੀਕ ਹੈ ਜੀ ਕੋਈ ਹੋਰ ਸਵਾਲ ਪੰਜਾਬ ਆਰਾਮ ਉਹ ਜਿਹੜਾ ਅੰਮ੍ਰਿਤਸਰ ਸਾਹਿਬ ਆ ਉਹ ਕਿਹਨੇ ਵਸਾਇਆ ਤਾ ਜੀ ਇੱਕ ਇਹ ਤਾਂ ਇੱਕ ਹਿਮਾਚਲ ਕੱਟ ਕੇ ਕਿਹੜੀ ਸਟੇਟ ਤੋਂ ਬਣਿਆ ਕਾਂਗੜਾ ਤੋਂ ਬਣਿਆ ਤਾ ਜੀ ਇੱਕ ਇਹ ਤਾ ਜੀ ਅਤੇ ਕੋਈ ਹੋਰ ਜਨਸੰਖਿਆ ਨਾਲ ਸੰਬੰਧਿਤ ਸਵਾਲ ਉਹ ਪੰਜਾਬ ਜਨਸੰਖਿਆ 2021 ਦੇ ਮੁਤਾਬਕ ਪਿੰਡਾਂ 'ਚ ਕਿੰਨੇ ਹਾਂਜੀ 2011 ਸੈਂਸਸ ਦੇ ਅਨੁਸਾਰ 2000 ਮਤਲਬ ਪੰਜਾਬ 'ਚ ਪੇਂਡੂ ਇਲਾਕੇ 'ਚ ਕਿੰਨੇ ਪਰਸੈਂਟੇਜ ਲੋਕ ਰਹਿੰਦੇ ਆ ਠੀਕ ਹੈ ਜੀ ਕੋਈ ਹੋਰ ਸਵਾਲ ਆ ਕੋਈ ਪੰਜਾਬ ਜੀ ਕੇ ਨਾਲ ਸੰਬੰਧਿਤ ਕੋਈ ਸਕੀਮ ਆਈ ਹੋਵੇ ਕੋਈ ਖੇਤੀਬਾੜੀ ਨਾਲ ਸੰਬੰਧਿਤ ਸਵਾਲ ਆਇਆ ਹੋਵੇ ਪੰਜਾਬ ਦੀ ਸਕੀਮ ਕੋਈ ਨਹੀਂ ਆਈ ਨਾ ਖੇਤੀਬਾੜੀ ਦੀ ਨਰਿੰਦਰ ਸਿੰਘ ਜੀ ਦੇ ਉਹ ਆਇਆ ਤਾ ਜੀ ਕਿੰਨੇ ਦਰਵਾਜ਼ੇ ਉਹਨਾਂ ਨੇ ਉਹ ਕੀਤਾ ਤਾ ਜੀ ਕੁਝ ਦਰਵਾਜ਼ਿਆਂ ਇੱਕ ਕੋਈ ਕਿਲੇ ਨਾਲ ਸੰਬੰਧਿਤ ਸਵਾਲ ਕਹਿ ਰਹੇ ਸੀ ਆਇਆ ਕਿਲਾ ਆਇਆ ਤਾ ਜੀ ਸ਼ੇਰ ਸ਼ਾਹ ਸੂਰੀ ਇੱਕ ਹਮਾਯੂ ਨੇ ਬਾਅਦ 'ਚ ਨੂੰ ਉਹ ਕੀਤਾ ਤਾ ਜੀ ਦੁਬਾਰੇ ਬਣਵਾਇਆ ਸੀਗਾ ਉਹ ਕਿਲਾ ਜੋ ਮਤਲਬ ਸ਼ੇਰ ਸ਼ਾਹ ਸੂਰੀ ਨੇ ਬਣਵਾਇਆ ਸੀਗਾ ਅਤੇ ਹਿਮਾਯੂ ਨੇ ਉਹਨੂੰ ਦੁਬਾਰੇ ਬਣਵਾਤਾ ਸੀਗਾ ਹਾਂਜੀ ਹਾਂਜੀ
ਠੀਕ ਹੈ ਬਾਈ ਜੀ। ਹੈ ਨਾ, ਉਦੋਂ ਬਾਅਦ ਆਪਾਂ ਗੱਲ ਕਰੀਏ ਕਰੰਟ ਅਫੇਅਰ ਦੀ। ਕਰੰਟ ਅਫੇਅਰ ਕਿਹੜੇ ਈਅਰ ਦਾ ਜ਼ਿਆਦਾ ਆ ਰਿਹਾ, 22 ਦਾ, 23 ਦਾ, 24 ਦਾ? 23 ਦਾ। ਕਰੰਟ ਅਫੇਅਰ ਦੇ ਵਿੱਚ ਕਿਹੋ ਜਿਹੇ ਸਵਾਲ ਸੀਗੇ ਸਰ? 2023-22 'ਚੋਂ ਜਿਹੜਾ ਸਵਾਲ ਸੀਗੇ, ਜਿਵੇਂ ਸਕੀਮਾਂ ਚੱਲ ਰਹੀਆਂ ਨਾ ਅਲੱਗ ਅਲੱਗ, ਉਹਨਾਂ ਵਿੱਚੋਂ ਸਟੇਟ ਵਿੱਚ ਉਹਨਾਂ ਬਾਰੇ ਜ਼ਿਆਦਾ ਸਵਾਲ ਆ ਰਹੇ ਹੈ। ਕੋਈ ਸਕੀਮ ਯਾਦ ਹੋਵੇ ਜਿਹੜੀ ਹੈ ਨਾ ਪੁੱਛੀ ਗਈ? ਸਪੋਰਟਸ ਤੋਂ ਆਇਆ ਤਾ ਜੀ, ਇੱਕ ਸਪੋਰਟਸ ਤੋਂ 500 ਵਿਕਟਾਂ ਕਿਹਨੇ ਲਈਆਂ ਟੈਸਟ 'ਚ ਇੰਡੀਆ ਦੇ, ਦੂਆ ਪਲੇਅਰ ਬਣਿਆ ਤਾ ਅਸ਼ਵਿਨ। ਠੀਕ ਹੈ ਜੀ। ਕੋਈ ਹੋਰ ਸਵਾਲ ਹੋਵੇ, ਕੋਈ ਅਵਾਰਡ ਪੁੱਛਿਆ ਗਿਆ ਹੋਵੇ? ਅਵਾਰਡ ਵਾਰ ਨਹੀਂ ਆਇਆ ਚੈਸ ਦਾ, ਆਇਆ ਤਾ ਜੀ 2023 'ਚ ਕਿਹਨੇ ਜਿੱਤੀ ਚੈਸ। ਠੀਕ ਹੈ, ਕੋਈ ਇੱਦਾਂ ਦਾ ਸਵਾਲ ਵੀ ਹੈ ਵੀ ਰਗਬੀ 'ਚ ਕਿੰਨੇ ਪਲੇਅਰ ਹੁੰਦੇ ਨੇ, ਕੋਈ ਇੱਦਾਂ ਦਾ ਕਹਿ ਰਿਹਾ? ਵੋਲੀਬਾਲ ਤੋਂ ਆਇਆ ਤਾ ਭਾਈ, ਕਿਹੜੀ ਚੈਂਪੀਅਨਸ਼ਿਪ 2023 'ਚ ਜਿੱਤੀ? ਕਿਹਨੇ ਜਿੱਤੀ ਸੀ? ਕਿਹਨੇ ਜਿੱਤੀ ਸੀ? ਠੀਕ ਹੈ, ਠੀਕ ਹੈ। ਕ੍ਰਿਕਟ ਨਾਲ ਕੋਈ ਹੋਰ ਸੰਬੰਧਿਤ ਸਵਾਲ ਆਇਆ? ਇੱਕ ਹੀ ਆਇਆ ਤਾ ਜੀ, ਇੱਕੋ ਹੀ ਆਇਆ ਸੀਗਾ। ਠੀਕ ਹੈ ਜੀ, ਉਦੋਂ ਬਾਅਦ ਆਪਾਂ ਗੱਲ ਕਰਦੇ ਹਾਂ ਮੈਥ ਦੀ। ਮੈਥ ਦੇ ਵਿੱਚ ਸਿੰਪਲੀਫਿਕੇਸ਼ਨ ਦੇ ਕਿੰਨੇ ਕੁ ਸਵਾਲ ਸੀ ਅਤੇ ਉਹਨਾਂ ਦਾ ਲੈਵਲ ਕੀ ਸੀਗਾ? 3 ਸੀ ਜੀ, 2 ਤਾਂ ਸੌਖੇ ਅਤੇ 1 1 ਥੋੜ੍ਹਾ ਜਿਹਾ ਔਖਾ ਸੀ। ਔਖਾ ਸੀ। ਠੀਕ ਹੈ, ਪ੍ਰੋਫਿਟ ਐਂਡ ਲੋਸ? 3 ਸਵਾਲ ਸੀ, 2 ਤੋਂ 3 ਜੀ। ਠੀਕ ਹੈ, ਐਵਰੇਜ ਰੇਸ਼ੋ ਐਂਡ ਪ੍ਰਪੋਰਸ਼ਨ? ਐਵਰੇਜ ਦਾ 1 ਆਇਆ ਤਾਂ, ਰੇਸ਼ੋ ਐਂਡ ਰੇਸ਼ੋ ਦਾ ਵੀ 1 ਹੀ ਆਇਆ ਤਾਂ ਜੀ। ਠੀਕ ਹੈ, ਸਿੰਪਲ ਇੰਟਰਸਟ ਆਇਆ ਹੋਵੇ? 1 ਕੁਐਸਚਨ ਆਇਆ। 1 ਆਇਆ। ਟਾਈਮ ਐਂਡ ਵਰਕ? 2 ਕੁਐਸਚਨ ਆਇਆ। ਕੋਈ ਟਾਈਮ ਐਂਡ ਸਪੀਡ ਦਾ ਤਾਂ ਨਹੀਂ ਸਵਾਲ ਆ ਰਿਹਾ? ਜਿੰਨੇ ਪਹਿਲਾਂ ਕੋਈ ਕਹਿ ਰਿਹਾ ਸੀ ਵੀ ਚੋਰ ਪੁਲਿਸ ਵਾਲਾ ਸਵਾਲ ਆ ਰਿਹਾ, ਕੋਈ ਸਵਾਲ ਨਹੀਂ ਆ ਰਿਹਾ। ਪਰਸੈਂਟੇਜ ਦੇ ਆਏ ਤਾਂ ਜੀ 3 ਤੋਂ 4, ਸਕਸੈਸਿਵ ਦੇ ਵੀ ਆਏ ਤਾਂ। ਪ੍ਰੋਫਿਟ ਐਂਡ ਲੋਸ? 2 ਤੋਂ 3। ਪ੍ਰੋਫਿਟ ਐਂਡ ਲੋਸ ਦੇ ਵਿੱਚ ਡਿਸਕਾਊਂਟ ਵਾਲੇ ਸੀਗੇ, ਪਾਰਟਨਰਸ਼ਿਪ ਵਾਲੇ ਸੀ, ਕਿਹੜੇ ਸਵਾਲ ਸੀਗੇ? ਪਾਰਟਨਰਸ਼ਿਪ ਵਾਲੇ ਵੀ ਸੀਗੇ, ਡਿਸਕਾਊਂਟ ਪ੍ਰੋਫਿਟ ਵਾਲੇ ਵੀ ਸੀਗੇ। ਠੀਕ ਹੈ, ਇਹਦੇ ਵਿੱਚ ਕੋਈ ਪਾਈਪ ਐਂਡ ਸਿਸਟਮ ਵਾਲਾ ਸਵਾਲ ਆਇਆ? ਕੋਈ ਨਹੀਂ ਸਰ, ਕੋਈ ਨਹੀਂ ਆਇਆ। ਠੀਕ ਹੈ, ਉਦੋਂ ਬਾਅਦ ਆਪਾਂ ਗੱਲ ਕਰਦੇ ਹਾਂ ਰੀਜ਼ਨਿੰਗ ਦੀ। ਰੀਜ਼ਨਿੰਗ ਦੇ ਵਿੱਚ ਹੈ ਨਾ ਕੋਡਿੰਗ ਡਿਕੋਡਿੰਗ ਦੇ ਕਿੰਨੇ ਕੁ ਸਵਾਲ ਆਏ? 2 ਤੋਂ 3 ਆਏ। ਠੀਕ ਹੈ, ਜਿਹੜੇ ਰੀਜ਼ਨਿੰਗ ਸੀ ਉਹ ਟਾਈਮ ਕੰਜ਼ਿਊਮਿੰਗ ਸੀਗੇ, ਕਿਵੇਂ ਸੀਗੇ ਸਵਾਲ ਉਹਦੇ? 2-4 ਤੇ ਜੀ, ਉੱਦਾਂ ਦੇ ਜਿਹੜੇ ਟਾਈਮ ਲੈ ਰਹੇ ਸੀਗੇ। ਸੀਟਿੰਗ ਅਰੇਂਜਮੈਂਟ ਦੇ ਰੈਂਕਿੰਗ ਆਰਡਰ 'ਚੋਂ ਸਰ 2-3 ਸਵਾਲ ਆਏ ਸੀਗੇ? ਹਾਂਜੀ, ਸੀਟਿੰਗ ਅਰੇਂਜਮੈਂਟ ਦੇ ਰੈਂਕਿੰਗ ਆਰਡਰ, ਰੈਂਕਿੰਗ 'ਚੋਂ ਵੀ 2 ਆਏ ਤੇ ਜੀ। ਠੀਕ ਹੈ, ਸਲੌਗ ਦੇ ਸਵਾਲ ਕਿੰਨੇ? 2। ਠੀਕ ਹੈ, ਬਲੱਡ ਰਿਲੇਸ਼ਨ? 1 ਹੀ ਆਇਆ ਤਾ ਜੀ। ਬਲੱਡ ਰਿਲੇਸ਼ਨ 1। ਕੋਈ ਸਵਾਲ ਡਾਇਰੈਕਸ਼ਨ ਦਾ ਆਇਆ ਹੋਵੇ? 1 ਆਇਆ ਸੀ ਜੀ। ਠੀਕ ਹੈ ਜੀ, ਇੰਗਲਿਸ਼ ਦਾ ਲੈਵਲ ਕੀ ਸੀਗਾ? ਠੀਕ ਹੀ ਤਾ ਜੀ, ਨੋਰਮਲ ਸੀਗਾ। ਨੋਰਮਲ ਸੀਗਾ। ਪੈਸੇਜ ਬੜਾ ਆਇਆ ਤਾ ਜੀ, 3 ਕੁਐਸਚਨ ਪੈਸੇਜ ਤੋਂ ਆਇਆ ਤੇ ਜੀ। ਠੀਕ ਹੈ, ਇੱਕ ਅੰਟੋਨੀਅਮ ਪੁੱਛਿਆ ਤਾ ਮੇ ਵੀ, 2 ਫਿਲਿੰਗ ਇਨ ਦਾ ਬਲੈਂਕਸ ਤੋਂ ਆਇਆ ਤੇ। ਠੀਕ ਹੈ, ਜਿਹੜਾ ਪੈਸਾ ਸੀਗਾ ਉਹ ਡਿਫੀਕਲਟ ਸੀਗਾ ਕਿ ਕਿਵੇਂ ਸੀਗਾ? 3-2 ਤਾਂ ਜਮੀ ਸੌਖੇ ਦਾ 1 ਕੁਐਸਚਨ ਤਾਂ ਜੀ, ਉਹ ਪਹਿਰੇ ਦਾ ਸਾਰ ਪੁੱਛਿਆ ਵਾ। ਠੀਕ ਹੈ, ਪੈਸੇ ਦੂਆ ਪੰਜਾਬੀ ਦੀ ਆਪਾਂ ਗੱਲ ਕਰੀਏ, ਪੰਜਾਬੀ ਦਾ ਠੀਕ ਤੇ ਜੀ। ਪੰਜਾਬੀ ਦੇ ਵਿੱਚ ਜਿਹੜੇ ਮੇਨ ਪੇਪਰ 'ਚ 10 ਸਵਾਲ ਆਏ ਸੀ ਉਹਦੇ ਹੈ ਨਾ ਕਿੱਦਾਂ ਦੇ ਸਵਾਲ ਸੀਗੇ? 2 ਮੁਹਾਵਰੇ ਤੇ ਜੀ। ਠੀਕ ਹੈ, ਬਾਈ ਇੱਕ ਮੰਦਰ ਨੂੰ ਮਤਲਬ 4 ਆਪਸ਼ਨ ਦਿੱਤੇ ਵੀ ਮੰਦਰ ਸਹੀ ਸਪੈਲਿੰਗ ਕੀ ਆ? ਸ਼ੁੱਧ ਸ਼ਬਦ ਸੀਗਾ ਜੀ, ਸ਼ੁੱਧ ਸ਼ਬਦ ਉਹਨਾਂ ਦਾ, ਸ਼ੁੱਧ ਸ਼ੁੱਧ ਇੱਕ ਸ਼ੁੱਧ ਸੀਗਾ, 3 ਮਤਲਬ ਗਲਤ ਲਿਖੇ ਸੀ। ਕੋਈ ਗ੍ਰਾਮਰ 'ਚ ਸਵਾਲ ਆਇਆ ਹੋਵੇ? ਗ੍ਰਾਮਰ ਵਿੱਚੋਂ ਸਰ ਨਾ ਪੜਨਾਮ ਦੇ ਰਿਲੇਟਡ ਆਏ ਸੀਗੇ, ਕਿਰਿਆ ਵਿਸ਼ੇਸ਼ਣ ਦੇ ਰਿਲੇਟਡ ਆਏ ਸੀਗੇ ਬਸ। ਕੰਪਿਊਟਰ ਦਾ ਕੋਈ ਸਵਾਲ ਯਾਦ ਹੋਵੇ? EDI ਦੀ ਫੁੱਲ ਫਾਰਮ ਜੀ। ਕਾਦੀ? EDI, ਇਲੈਕਟ੍ਰੋਨਿਕ ਡੇਟਾ ਇੰਟਰਚੇਂਜ। ਈ-ਕਮਰਸ ਦੇ ਵਿੱਚ ਕੋਈ? ਠੀਕ ਹੈ, ਕੋਈ ਹੋਰ ਸਵਾਲ ਆਇਆ ਹੋਵੇ? ਸਰ ਕੋਈ ਸ਼ਾਰਟਕਟ ਕੀ ਪੁੱਛੀ ਗਈ ਹੈ? MS ਪਾਵਰਪੁਆਇੰਟ ਐਕਸਲ? ਉਹ ਨਹੀਂ ਪੁੱਛਿਆ ਸਰ। ਇੱਕ OSI ਮਾਡਲ ਦਾ ਆਇਆ ਤਾ ਜੀ। ਠੀਕ ਹੈ, ਇਹ ਡੇਟਾ ਟ੍ਰਾਂਸਫਰ ਕਿਹੜੇ ਰੂਟ ਮਤਲਬ ਕਿਹੜੀ ਲੇਅਰ ਤੋਂ ਯੂਜ਼ ਕਰਦੇ ਹੋ? ਠੀਕ ਹੈ, ਹਾਂਜੀ। ਕੋਈ ਸਵਾਲ ਆਇਆ ਹੋਵੇ ਇੰਟਰਨੈਟ ਨਾਲ ਰਿਲੇਟਡ, ਇੰਟਰ ਦੁਆ ਦਾ, ਈਮੇਲ ਨਾਲ ਰਿਲੇਟਡ ਆਇਆ ਤਾ ਜੀ? ਮੈਂ ਵੀ ਐਕਸਲ ਦਾ ਆਇਆ ਤਾ ਜੀ। ਠੀਕ ਹੈ, ਈਮੇਲ ਨਾਲ ਰਿਲੇਟਡ? ਈਮੇਲ ਦਾ ਨਹੀਂ ਆਇਆ ਤਾ, ਉਹ ਪੰਜਾਬੀ 'ਚ ਆਇਆ ਤਾ, ਈਮੇਲ ਨੂੰ ਪੰਜਾਬੀ 'ਚ ਕਿਆ ਕਹਿੰਦੇ? ਠੀਕ ਹੈ, ਠੀਕ ਹੈ। ਕੋਈ ਹੋਰ ਸਵਾਲ ਕੰਪਿਊਟਰ ਦਾ ਯਾਦ ਹੋਵੇ? ਨਹੀਂ। ਜਾਂ ਕੋਈ ਇੰਟਰਨੈਟ ਨਾਲ ਸੰਬੰਧਿਤ ਸਵਾਲ ਆ ਗਿਆ ਕੋਈ, ਹੈ ਨਾ, ਆਊਟਪੁੱਟ ਇਨਪੁੱਟ ਡਿਵਾਈਸ ਮੈਮਰੀ ਹਾਇਰਾਰਕੀ 'ਚ ਪੁੱਛਿਆ ਗਿਆ ਹੋਵੇ ਕੋਈ ਸਵਾਲ, ਕੋਈ ਕੰਪਿਊਟਰ ਜਨਰੇਸ਼ਨ ਪੁੱਛੀ? ਜਨਰੇਸ਼ਨ ਵੀ ਨਹੀਂ ਕੋਈ। ਠੀਕ ਹੈ, ਠੀਕ ਹੈ, ਸ਼ੁਕਰੀਆ ਬਾਈ ਤੁਹਾਡਾ ਬਹੁਤ ਬਹੁਤ ਜੀ। ਓਕੇ ਬਾਈ ਜੀ।
ਹਾਂਜੀ ਸਟੂਡੈਂਟਸ ਦੇ ਰਿਵਿਊ ਤੁਸੀਂ ਨੇ ਸੁਣੀ ਲਿਆ ਵੀ ਕਿਹੜੇ ਟੋਪਿਕ ਦੇ ਵਿੱਚੋਂ ਹੈ ਨਾ ਕਿਹੜੇ ਸਵਾਲ ਆ ਰਹੇ ਨੇ। ਜਿਹੜਾ ਪੈਟਰਨ ਆ ਉਹ ਬਿਲਕੁਲ ਪਿਛਲੀਆਂ ਸ਼ਿਫਟਾਂ ਵਾਲਾ ਹੀ ਫੋਲੋ ਕੀਤਾ ਜਾ ਰਿਹਾ। 8 ਤੋਂ 10 ਸਵਾਲ ਪੋਲੀਟੀ ਦੇ ਸੀਗੇ, 7-8 ਸਵਾਲ ਸੀ ਜਿਹੜੇ ਪੰਜਾਬ GK ਦੇ ਸੀਗੇ, ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ 2 ਸਵਾਲ ਸੀ, 2 ਸਵਾਲ ਸੀ ਜਿਹੜੇ ਉਹ ਕਿਲਿਆਂ ਨਾਲ ਸੰਬੰਧਿਤ ਆਏ ਸੀਗੇ, ਇੱਦਾਂ ਦੀ ਹੈ ਨਾ ਜਨਸੰਖਿਆ ਨਾਲ ਸੰਬੰਧਿਤ ਇੱਕ ਸਵਾਲ ਆਇਆ, ਪੋਲੀਟੀ ਦੇ ਵਿੱਚੋਂ ਵੀ DPSP ਦਾ ਵਾਲਾ ਸਵਾਲ ਆਇਆ, ਇੱਕ ਆਇਰਲੈਂਡ ਤੋਂ ਕੀ ਬਾਏ ਕੀਤਾ ਆਪਾਂ ਕੰਸਟੀਟਿਊਸ਼ਨ ਦੇ ਵਿੱਚ ਕੀ ਲਿਆ ਗਾ, ਇੱਕ ਆਰਟੀਕਲ ਫੰਡਾਮੈਂਟਲ ਰਾਈਟ ਤੋਂ ਸਵਾਲ ਆਇਆ ਸੀਗਾ, ਇੱਕ ਪੰਚਾਇਤ ਨਾਲ ਸੰਬੰਧਿਤ ਕੋਈ ਸਵਾਲ ਕਹਿ ਰਹੇ ਨੇਗੇ। ਜਿਹੜਾ ਕਰੰਟ ਅਫੇਅਰ ਸੀ ਉਹਦੇ ਵਿੱਚ ਸੈਂਟਰ ਸਟੇਟ ਦੀਆਂ ਸਕੀਮਾਂ ਪੁੱਛੀਆਂ ਗਈਆਂ ਸੀਗੀਆਂ, ਕ੍ਰਿਕਟ ਨਾਲ ਸੰਬੰਧਿਤ ਸਵਾਲ ਆਇਆ ਸੀਗਾ ਵੀ ਕਿਹਨੇ ਸਭ ਤੋਂ ਜ਼ਿਆਦਾ ਹੈ ਨਾ ਵਿਕਟਾਂ ਲਈਆਂ ਟੈਸਟ ਦੇ ਵਿੱਚ, ਇੱਕ ਸਵਾਲ ਸੀ ਜਿਹੜਾ ਵਾਲੀਬਾਲ ਨਾਲ ਕਹਿ ਰਹੇ ਸੀਗੇ ਸਟੂਡੈਂਟ, ਜਿਹੜਾ ਸਵਾਲ ਆਇਆ ਸੀਗਾ। ਬਾਕੀ ਕੁੱਲ ਮਿਲਾ ਕੇ ਪੇਪਰ ਦਾ ਲੈਵਲ ਸੀ ਜਿਹੜਾ GS ਦਾ ਉਹ ਮੋਡਰੇਟ ਸੀਗਾ। ਮੈਥ ਦੀ ਆਪਾਂ ਗੱਲ ਕਰੀਏ, ਮੈਥ ਦੇ ਵਿੱਚ ਸਿੰਪਲੀਫਿਕੇਸ਼ਨ ਦੇ 3 ਸਵਾਲ ਆਏ ਸੀ, 2 ਸਵਾਲ ਈਜੀ ਸੀਗੇ, ਇੱਕ ਸਵਾਲ ਦਾ ਜਿਹੜਾ ਲੈਵਲ ਸੀ ਉਹ ਮੋਡਰੇਟ ਟੂ ਡਿਫੀਕਲਟ ਸੀਗਾ। ਟਾਈਮ ਐਂਡ ਵਰਕ ਦੇ 2 ਸਵਾਲ ਸੀਗੇ, ਸਿੰਪਲ ਇੰਟਰਸਟ ਦਾ 1 ਸਵਾਲ ਸੀਗਾ, ਰੇਸ਼ੋ ਪ੍ਰਪੋਰਸ਼ਨਲ 'ਚ 2 ਸਵਾਲ ਸੀਗੇ, 1 ਸਵਾਲ ਐਵਰੇਜ ਦਾ ਸੀਗਾ, ਜਿਹੜਾ DI ਦਾ ਸਵਾਲ ਸੀ ਉਹ ਵੀ ਠੀਕ ਸੀਗਾ, 1 ਸਵਾਲ ਆਇਆ ਸੀਗਾ। ਰੀਜ਼ਨਿੰਗ ਦਾ ਜਿਹੜੇ ਕੁਝ ਸਵਾਲ ਸੀ 5 ਤੋਂ 8 ਸਵਾਲ ਸੀ ਜਿਹੜੇ ਉਹ ਟਾਈਮ ਕੰਜ਼ਿਊਮਿੰਗ ਸੀਗੇ, ਬਾਕੀ ਠੀਕ ਸੀਗੇ। ਸਲੋਗ 'ਚੋਂ 2 ਤੋਂ 3 ਸਵਾਲ ਆਏ, ਕੋਡਿੰਗ ਡਿਕੋਡਿੰਗ ਦੇ 3-4 ਸਵਾਲ ਆਏ, ਬਲੱਡ ਰਿਲੇਸ਼ਨ 'ਚੋਂ 2 ਸਵਾਲ ਸੀਗੇ, ਸੀਟਿੰਗ ਅਰੇਂਜਮੈਂਟ ਅਤੇ ਰੈਂਕਿੰਗ ਆਰਡਰ ਦੇ 2-2 ਸਵਾਲ ਸੀਗੇ। ਇੰਗਲਿਸ਼ ਸੀ ਜਿਹੜੀ ਉਹ ਈਜੀ ਕਹਿ ਰਹੇ ਨੇ ਸਟੂਡੈਂਟ, ਪੈਸੇ ਸੌਖਾ ਸੀਗਾ, 2 ਪੈਰਾ ਜੰਬਲ ਆਏ, 1 ਐਰਰ ਫਾਈਂਡ ਆਊਟ ਆਇਆ, ਟਰਾਂਸਲੇਸ਼ਨ ਆਈ, 1 ਐਂਟੋਨੀਅਮ ਸਨੋਨੀਅਮ, ਇੱਦਾਂ ਦੇ ਸਵਾਲ ਆਏ। ਪੰਜਾਬ ਜਿਹੜੀ ਪੰਜਾਬੀ ਸੀਗੀ ਉਹ ਵੀ ਸਿੰਪਲ ਸੀ, ਉਹਦਾ ਸੌਖੀ ਸੀ ਹੈ ਨਾ ਪੰਜਾਬੀ, 10 ਨੰਬਰ ਦੀ ਬਿਲਕੁਲ ਸੌਖੀ ਸੀ। ਕੰਪਿਊਟਰ ਦੇ ਵਿੱਚ 1-2 ਫੁੱਲ ਫਾਰਮਸ ਪੁੱਛੀਆਂ ਗਈਆਂ, 1 ਸਵਾਲ ਸੀਗਾ ਜਿਹੜਾ ਉਹ MS Excel ਦੇ ਨਾਲ ਸੀ ਜਿਹੜਾ ਸੰਬੰਧਿਤ ਆਇਆ ਸੀ। ਬਾਕੀ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਵੱਧ ਤੋਂ ਵੱਧ। ਸ਼ੁਕਰੀਆ ਜੀ।